ਦਿਖਾਵਾਕਾਰੀਆਂ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ। ਜਿਹੜਾ ਇਹ ਦੇਸ਼ ਵਿਆਪੀ ਅੱਜ ਦਾ ਅੰਦੋਲਨ ਸੀਗਾ, ਕਾਰਪੋਰੇਟ ਘਰਾਣਿਆਂ ਦੇ ਖਿਲਾਫ ਅੰਦੋਲਨ ਤੇਜ਼ ਕਰਨਾ ਸੀਗਾ, ਤੇ ਇਹ ਅੱਜ ਦੇਸ਼ ਲੈਵਲ ਤੇ ਮੋਦੀ ਅੰਬਾਨੀ ਅਡਾਨੀ ਤੇ ਕਾਰਪੋਰੇਟ ਘਰਾਣੇ ਦੇ ਅਰਥੀ ਫੁੱਕ ਮੁਜ਼ਾਰੇ ਕਰਨੇ ਸੀਗੇ। ਉਹਦੀ ਲੜੀ ਤੇ ਅੱਜ ਤੁਸੀਂ ਗੋਲਡਨ ਗੇਟ ਅੰਮ੍ਰਿਤਸਰ ਵਿੱਚ ਅਸੀਂ ਬਹੁਤ ਵੱਡਾ ਇਕੱਠ ਕਰਕੇ ਅਰਥੀ ਫੁੱਕ ਮੁਜ਼ਾਰਾ ਕੀਤਾ ਵਾ, ਤੇ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਨਾਲ ਅਰਥੀ ਫੁੱਕ ਮੁਜ਼ਾਰੇ ਹੋ ਰਹੇ ਨੇ। ਇਹਦੀਆਂ ਮੁੱਖ ਮੰਗਾਂ, ਖੇਤੀ ਦੇ 3 ਕਾਨੂੰਨ ਪੂਰਨ ਰੂਪ ਵਿੱਚ ਵਾਪਸ ਕਰਾਉਣਾ, ਇਹਦੇ ਨਾਲ ਬਿਜਲੀ ਸੋਧ ਬਿੱਲ, ਪਰਾਲੀ ਵਾਲਾ ਐਕਟ, ਸਾਰੀਆਂ ਫਸਲਾਂ ਦੀ MSP ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਤੈਅ ਕਰਕੇ ਤੇ ਖਰੀਦ ਦੀ ਗੰਟਰੀ ਦਾ ਕਾਨੂੰਨ ਲੈ ਕੇ ਆਉਣਾ, ਇਹ ਅਤਿਅਤ ਮੰਗਾਂ ਨੇ। ਇਹਦੇ ਵਾਸਤੇ ਅੰਦੋਲਨ ਚੱਲ ਰਿਹਾ। ਇਹ ਤੋਂ ਬਾਅਦ 8 ਦਸੰਬਰ ਨੂੰ ਦੇਸ਼ ਵਿਆਪੀ ਬੰਦ ਦਾ ਸੱਦਾ ਆਇਆ ਵਾ। ਉਹ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅਸੀਂ ਭਾਰਤ ਦੇ ਪੂਰੇ ਲੋਕਾਂ ਨੂੰ, ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਟਰਾਂਸਪੋਰਟਰਾਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ, ਤੇ ਪੰਜਾਬੀਆਂ ਨੂੰ ਵੀ ਜਿਸ ਤਰ੍ਹਾਂ ਤੁਹਾਡਾ ਪਹਿਲੋਂ ਵੀ ਬਹੁਤ ਵੱਡੇ ਪੱਧਰ ਤੇ ਸਹਿਯੋਗ ਸਾਨੂੰ ਮਿਲਦਾ ਰਿਹਾ ਵਾ, ਜੇ ਤੁਸੀਂ ਇਸ ਅੰਦੋਲਨ ਨੂੰ ਆਪਦਾ ਅੰਦੋਲਨ ਸਮਝ ਕੇ ਕਾਮਯਾਬ ਕਰੋਗੇ, ਤੇ ਜੋ ਮੋਦੀ ਜੀ ਕਹਿਣਾ ਚਾਹੁੰਦੇ ਸੀ ਵੀ ਅੰਦੋਲਨ ਇਕੱਲਾ ਪੰਜਾਬ ਦਾ ਵਾ, ਜਿਵੇਂ ਇਹ ਦੇਸ਼ 'ਚ ਵੱਧ ਗਿਆ, ਤੇ ਇਹ ਅੰਦੋਲਨ ਦੀ ਕਾਮਯਾਬੀ, ਭਾਰਤ ਬੰਦ ਦੀ ਕਾਮਯਾਬੀ ਮੋਦੀ ਸਰਕਾਰ ਨੂੰ ਖੇਤੀ ਦੇ 3 ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰੂਗੀ। ਔਰ ਮੈਨੂੰ ਲੱਗਦਾ ਵੀ ਲੋਕ ਜਦੋਂ ਅਸੀਂ ਝੋਲੀ ਅੱਡ ਰਹੇ ਹਾਂ ਲੋਕਾਂ ਅੱਗੇ, ਤੇ ਲੋਕ ਸਾਨੂੰ ਮਤਲਬ ਜਿਹੜਾ ਵਾ ਇਹਦੇ 'ਤੇ ਭਰਪੂਰ ਹੰਗਾਰਾ ਦੇਣਗੇ, ਤੇ ਜਿਹੜਾ ਭਾਰਤ ਬੰਦ ਦਾ ਸੱਦਾ ਵਾ ਪੂਰੀ ਤਰ੍ਹਾਂ ਕਾਮਯਾਬ ਹੋਊਗਾ।